ਹਾਂਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ। ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਲੈ ਕੇ ਤੁਹਾਡੇ ਸਾਹਮਣੇ ਆਇਆਂਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ 'ਤੇ ਜਿੰਨੇ ਵੀ ਨਵੇਂ ਮੁਲਾਜ਼ਮ ਭਰਤੀ ਹੋਏ ਸੀਗੇ, ਉਹ ਸਾਰੇ 6th ਪੇ ਕਮਿਸ਼ਨ ਦੀ ਮੰਗ ਕਰ ਰਹੇ ਨੇ ਕਿ ਪੰਜਾਬ ਦਾ ਜਿਹੜਾ ਕਮਿਸ਼ਨ ਆ ਉਹ ਵਾਪਸ ਲਿਆਂਦਾ ਜਾਵੇ ਅਤੇ ਸੈਂਟਰ ਕਮਿਸ਼ਨ ਸਾਡੇ ਤੋਂ ਵਾਪਸ ਲਿਆ ਜਾਵੇ, ਸਾਡੀਆਂ ਤਨਖਾਹਾਂ ਨੇ ਤਾਂ ਕਿ ਜਿਹੜੀਆਂ ਉਹਨਾਂ ਦੀ ਉਹ ਵੱਧ ਚੁੱਕਣ। ਅਤੇ ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨਾਂ ਦਾ ਟਾਈਮ ਹੈ, ਤਾਂ ਇਹ ਟਾਈਮ 'ਤੇ ਮੁਲਾਜ਼ਮ ਨੇ ਜਿਹੜੇ ਸਰਕਾਰ 'ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਅੱਛੀ ਮੁਹਿੰਮ ਰਨ ਕਰ ਰਹੇ ਨੇ ਜਿਹਦੇ ਨਾਲ ਸਰਕਾਰ 'ਤੇ ਦਬਾਅ ਬਣ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਮੁਲਾਜ਼ਮਾਂ ਦੀ ਜਿਹੜੀ ਇਹ ਮੰਗ ਹੈ ਉਹ ਪੂਰੀ ਹੋ ਸਕੇ। ਉਹਦੇ ਨਾਲ ਰਿਲੇਟਡ ਪਹਿਲਾਂ ਇੱਕ ਜਿਹੜੀ ਮਤਲਬ ਮੁਲਾਜ਼ਮਾਂ ਵੱਲੋਂ ਇੱਕ ਜਿਹੜਾ ਮੈਸੇਜ ਆਇਆ ਗਾ ਉਹ ਇਹ ਹੈ ਕਿ ਸਾਥੀਓ, ਇਹ ਭਾਂਡੇ ਖੜਕਾਉਂਦੇ ਹੀ ਆਏ ਸੀ, ਇਹ ਹੁਣ ਇਹਨਾਂ ਨੂੰ ਆਪਦੀ ਵੋਟ ਦੀ ਤਾਕਤ ਨਾਲ ਭਾਂਡੇ ਖੜਕਾਉਣ 'ਤੇ ਫਿਰ ਲਾ ਦਿਓ, ਕਿਉਂਕਿ ਇਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਹ ਪੰਜਾਬ ਸਰਕਾਰ ਦੀ ਗੱਲ ਕਰ ਰਹੇ ਨੇ, ਪੰਜਾਬ ਪੇ ਸਕੇਲ ਨਹੀਂ ਤਾਂ ਵੋਟ ਨਹੀਂ, ਇਹ ਉਹਨਾਂ ਨੇ ਇੱਕ ਨਾਰਾ ਰੱਖਿਆ। ਦੇਖੋ ਕਿਤੇ ਅੰਨੇ ਭਗਤ ਨਾ ਬਣ ਜਾਇਓ, ਆਪਣੇ ਭਵਿੱਖ ਨੂੰ ਜੇਕਰ ਸੁਰੱਖਿਅਤ ਕਰਨਾ ਅਤੇ ਸਰਕਾਰ ਨੂੰ ਪੰਜਾਬ ਪੇ ਸਕੇਲ ਬਹਾਲ ਕਰਨ ਵਾਸਤੇ ਸੋਚਣ ਵਾਸਤੇ ਮਜਬੂਰ ਕਰਨਾ, ਤਾਂ ਮਤਦਾਨ ਸੋਚ ਸਮਝ ਕੇ ਕਰਿਓ। ਤਾਂ ਉਹਨਾਂ ਨੇ ਇੱਕ ਪੋਸਟਰ ਮੁਹਿੰਮ ਦਾ ਐਲਾਨ ਕੀਤਾ, ਉਹਦਾ ਹਿੱਸਾ ਬਣੋ। ਆਪਣੇ ਗੇਟ ਦੇ ਅੱਗੇ ਜਿੰਨੇ ਵੀ ਮੁਲਾਜ਼ਮ ਨੇ, ਸਰਕਾਰੀ ਮੁਲਾਜ਼ਮ, ਆਪਣੇ ਗੇਟ ਦੇ ਅੱਗੇ ਪੋਸਟਰ ਲਗਾਓ ਕਿ DA ਨਹੀਂ ਤਾਂ ਵੋਟ ਨਹੀਂ। ਬਹੁਤ ਸਾਰੇ ਮੁਲਾਜ਼ਮਾਂ ਦੇ ਵੱਲੋਂ ਇੱਦਾਂ ਦਾ ਇਨੀਸ਼ੀਏਟਿਵ ਲਿਆ ਵੀ ਜਾ ਚੁੱਕਿਆ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਕਿ ਸਾਰੇ ਮੁਲਾਜ਼ਮ ਨੇ ਜਿਹੜੇ ਉਹ ਆਪਣੇ ਗੇਟ ਦੇ ਉੱਤੇ ਇਹ ਪੋਸਟਰ ਹੈਗੇ ਜਿਹੜਾ ਉਹ ਲਗਾ ਰਹੇ ਨੇਗੇ। ਤਾਂ ਤੁਸੀਂ ਵੀ ਜੇਕਰ ਚਾਹੁੰਦੇ ਹੋ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇਗੀਆਂ ਉਹ ਜਲਦੀ ਤੋਂ ਜਲਦੀ ਪੂਰੀਆਂ ਹੋਣ, 6th ਪੇ ਕਮਿਸ਼ਨ ਵਾਪਸ ਲਿਆਂਦਾ ਜਾਵੇ, ਕਿਉਂਕਿ ਇਹੀ ਟਾਈਮ ਹੈ ਇਲੈਕਸ਼ਨਾਂ ਤੱਕ ਹੀ ਵੇਲੇ ਹੀ ਸਰਕਾਰ ਹੈ ਜਿਹੜੀਆਂ ਉਹ ਮੰਗਾਂ ਹੈ ਜਿਹੜੀਆਂ ਪੂਰੀਆਂ ਕਰਦੀ ਹੁੰਦੀ ਹੈ, ਅਤੇ ਆਪਾਂ ਦਬਾਅ ਬਣਾ ਸਕਦੇ ਹਾਂ ਸਰਕਾਰ 'ਤੇ, ਤਾਂ ਜ਼ਰੂਰਤ ਹੈ ਇੱਕਜੁੱਟ ਹੋਣ ਦੀ। ਬਾਕੀ ਜੇਕਰ ਸਾਨੂੰ ਕੋਈ ਹੋਰ ਨਿਊ ਅਪਡੇਟ ਮਿਲਦੀ ਹੈ ਇਸ ਦੇ ਰਿਗਾਰਡਿੰਗ, ਤਾਂ ਅਸੀਂ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ। ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਧੰਨਵਾਦ।